ਬੀਆਰਟੀਸੀ ਦੇ ਬੱਸ ਦੇ ਕੰਡਕਟਰ ਅਤੇ ਮਹਿਲਾ ਤੇ ਉਸਦੇ ਪਤੀ ਦੇ ਵਿਚਕਾਰ ਜੰਮ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਦੋਵੇਂ ਪੱਖ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ। ਹਸਪਤਾਲ 'ਚ ਭਰਤੀ ਮਹਿਲਾ ਦਾ ਕਹਿਣਾ ਹੈ ਕਿ ਕੰਡਕਟਰ ਨੇ ਉਸਦੇ ਪਤੀ ਅਤੇ ਉਸਦੇ ਨਾਲ ਖੂਬ ਕੁੱਟਮਾਰ ਕੀਤੀ ਹੈ ਅਤੇ ਉਹਨਾਂ ਤੇ ਰਾੜਾਂ ਦੇ ਨਾਲ ਹਮਲਾ ਕੀਤਾ ਗਿਆ। ਪੀੜਤ ਮਹਿਲਾ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਹ ਚੰਡੀਗੜ੍ਹ ਜਾ ਰਹੇ ਸਨ ਤੇ ਜਿਵੇਂ ਹੀ ਉਹ ਬੱਸ ਦੇ ਵਿੱਚ ਚੜ੍ਹਨ ਲੱਗੇ ਤਾਂ ਉਹਨਾਂ ਦੇ ਕੋਲ ਕਾਫੀ ਸਮਾਨ ਸੀ, ਜਿਸ ਦੇ ਚਲਦੇ ਕੰਡਕਟਰ ਨੇ ਉਹਨਾਂ ਨੂੰ ਬੱਸ ਦੇ ਵਿੱਚ ਨਹੀਂ ਚੜ੍ਹਨ ਦਿੱਤਾ ਤੇ ਉਹਨਾਂ ਨੂੰ ਧੱਕਾ ਮਾਰ ਕੇ ਥੱਲੇ ਕਰ ਦਿੱਤਾ। ਜਦੋਂ ਮਹਿਲਾ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਕੰਡਕਟਰ ਨੇ ਉਹਨਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਅਤੇ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਅਤੇ ਉਸਦੇ ਪਤੀ ਦੇ ਵੀ ਸੱਟਾਂ ਮਾਰੀਆਂ। ਫਿਲਹਾਲ ਮਹਿਲਾ ਰੋਂਦੀ ਰੋਂਦੀ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਤਾਂ ਉੱਥੇ ਦੂਜੇ ਪਾਸੇ ਕੰਡਕਟਰ ਦਾ ਕਹਿਣਾ ਹੈ ਕਿ ਮਹਿਲਾ ਤੇ ਉਸਦੇ ਪਤੀ ਦੇ ਵੱਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਹੈ, ਉਹਨਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ ਹੈ ਤੇ ਬੰਦੇ ਬੁਲਾ ਕੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ ਹੈ ਤੇ ਬੱਸ ਦੇ ਵੀ ਸ਼ੀਸ਼ੇ ਭੰਨੇ ਗਏ ਨੇ। ਫਿਲਹਾਲ ਦੋਵੇਂ ਆਪਣੀਆਂ ਸਫਾਈਆਂ ਪੇਸ਼ ਕਰਦੇ ਨਜ਼ਰ ਆ ਰਹੇ ਨੇ। ਮਾਮਲਾ ਗਿੱਦੜਵਾਹਾ ਤੋਂ ਸਾਹਮਣੇ ਹੈ, ਜਿੱਥੇ ਪੀਆਰਟੀਸੀ ਦੇ ਕੰਡਕਟਰ ਅਤੇ ਸਵਾਰੀਆਂ ਦੇ ਵਿਚਕਾਰ ਇਹ ਝਗੜਾ ਹੋਇਆ। ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਤੇ ਹੁਣ ਆਪਣੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ, ਪਰ ਦੂਜੇ ਪਾਸੇ ਦੋਵੇਂ ਧਿਰਾਂ ਨੇ ਆਪਣੀ ਆਪਣੀ ਸਫਾਈ ਪੇਸ਼ ਕੀਤੀ ਹੈ। ਤੁਸੀਂ ਵੀ ਸੁਣੋ ਤੇ ਦੱਸੋ ਕਿ ਕਿਸ ਦੀ ਗਲਤੀ ਹੈ। ਪੀਆਰਟੀਸੀ ਦਾ ਮੁਲਾਜ਼ਮ ਮੈਂ ਗੰਗਾ ਨਗਰ ਚੱਲ ਕੇ ਤੇ ਬਠਿੰਡੇ ਆ ਰਿਹਾ ਸੀ। ਜਦੋਂ ਮੈਂ ਗਿੱਦੜ ਕਚਹਿਰੀ ਚੌਂਕ ਤੇ ਪਹੁੰਚਿਆ 11:45 ਤੇ, ਉਸ ਤੋਂ ਬਾਅਦ ਇੱਥੇ ਆ ਕੇ ਗੱਡੀ 'ਚ ਲੈਣ ਲੱਗ ਗਈ। ਸਵਾਰੀਆਂ ਬਹੁਤ ਚੜ੍ਹ ਗਈਆਂ, 100 ਤੋਂ ਉੱਪਰ ਸਵਾਰੀ ਹੋ ਗਈ। ਦੋ ਵਿਅਕਤੀ ਆਏ, ਇੱਕ ਮੀਆਂ ਬੀਬੀ, ਦੋ ਬੰਦੇ ਆਏ ਤੇ ਉਹ ਚੜ੍ਹਨ ਲੱਗੇ। ਉਹਨਾਂ ਕੋਲ ਡਰਮ ਜਿਹਾ ਸੀਗਾ, ਮੈਂ ਉਹਨਾਂ ਨੇ ਕਿਹਾ ਬਾਈ ਇਹ ਡਰਮ ਨਾ ਰੱਖੋ, ਸਵਾਰੀ ਚੜ੍ਹਨ ਲੱਗੇ ਦਿੱਕਤ ਆਊਗੀ, ਉਤਰਨ ਲੱਗੇ ਦਿੱਕਤ ਆਊਗੀ, ਉਹਨਾਂ ਦੇ ਪੈਰਾਂ 'ਚ ਵੱਜੂਗਾ, ਸੱਟ ਵੱਜਣੀ ਉਹਨੇ ਕਿਸੇ ਦੇ, ਤੇ ਜਗ੍ਹਾ ਹੈਣੀ ਸੀ ਰੱਖਣ ਨੂੰ ਜਮ੍ਹਾਂ ਵੀ। ਉਹਨਾਂ ਜਦੋਂ ਮੈਂ ਇਹ ਗੱਲ ਆਖੀ ਤੇ ਉਹ ਕਹਿੰਦੇ ਵੀ ਬਾਈ ਤੇਰੇ ਪਿਓ ਦੀ ਬੱਸ ਹੈ, ਉਹਦੀ ਜਿਹੜੀ ਜਨਾਨੀ ਸਵਾਰੀ ਸੀ ਉਹ ਗੱਲ ਪੈ ਗਈ ਮੇਰੀ। ਉਹਨਾਂ ਨੇ ਚਪੇੜੇ ਚੁੜਨ ਮਾਰੇ ਤੇ ਬੰਦਾ ਆ ਕੇ ਧੱਕਿਆ ਮੁੱਕੀ ਕਰਨ ਲੱਗ ਗਿਆ। ਜਦੋਂ ਮੈਂ ਗੱਲਬਾਤ ਹੋਈ ਮੈਂ ਉਹਨਾਂ ਨੂੰ ਪਾਸੇ ਕਰਨ ਲੱਗਿਆ ਤੇ ਉਹਨਾਂ ਨੇ ਬਾਅਦ 'ਚ ਮੁੜ ਕੇ ਬੰਦੇ ਇਕੱਠੇ ਕਰ ਲਏ, ਫੋਨ ਕਰਕੇ ਬੰਦੇ ਇਕੱਠੇ ਕਰਕੇ ਤੇ ਬੱਸ ਦੇ ਅੱਗੇ ਖੜੀ। ਬਸ ਦਾ ਜਿਹੜਾ ਕਨੈਕਟਰ ਸਾਈਡ ਫਰੰਟ ਸ਼ੀਸ਼ਾ ਹੀ ਵੱਡਾ ਉਹ ਭੰਨਤਾ ਜੀ ਉਹਨਾਂ ਨੇ। ਘਟਨਾ ਜੀ ਇਹ ਹੋਈ ਆ, ਅਸੀਂ ਚੰਡੀਗੜ੍ਹ ਜਾ ਰਹੇ ਸੀਗੇ, ਇੱਥੋਂ ਅਸੀਂ ਬੱਸ ਫੜੀ ਹੈਗੀ, ਆਟੋ ਤੋਂ ਉਤਰੇ ਆ ਜੀ। ਸਾਡੇ ਕੋਲ ਇੱਕ ਤਾਂ ਜੀ ਸਾਡੇ ਕੋਲ ਦੁੱਧ ਵਾਲਾ ਕੈਂਪਰ ਸੀਗਾ ਜੀ, ਇੱਕ ਸਾਡੇ ਕੋਲ ਬਸ ਕਿੱਟ ਸੀਗੀ ਤੇ ਇੱਕ ਸਾਡੇ ਕੋਲ ਕਾਰਟੂਨ ਸੀ। ਅਸੀਂ ਆਪਾਂ ਸੀਟ ਦੇ ਥੱਲੇ ਰੱਖ ਦਿੰਦੇ ਹਾਂ ਜੀ ਕਾਰਟੂਨ, ਅਸੀਂ ਤੇ ਅਸੀਂ ਚੜ੍ਹ ਜਾਂਦੇ, ਅਸੀਂ ਖੜ੍ਹੇ ਹੋ ਜਾਂਗੇ। ਸਾਨੂੰ ਕਨੈਕਟਰ ਕਹਿਣ ਲੱਗਿਆ ਵੀ ਮੈਂ ਨਹੀਂ ਚੜ੍ਹਨ ਦੇਣਾ ਬੱਸ ਤੇ, ਸਾਡੇ ਇੱਥੇ ਲੱਸੀ ਡੋਲੋਗੇ ਤੁਸੀਂ। ਅਸੀਂ ਆਖਿਆ ਜੀ ਨਹੀਂ ਡੋਲਦੀ, ਬਿਲਕੁਲ ਸੇਵ ਆ ਵੀ ਅਸੀਂ ਨਹੀਂ ਡੁੱਲਣ ਦਿੰਦੇ। ਉਸ ਤੋਂ ਬਾਅਦ ਜੀ ਉਹਨੇ ਮੈਨੂੰ, ਮੈਂ ਉਹਨੂੰ ਕਿਹਾ ਵੀ ਤੂੰ ਬੱਸ ਤੇ ਕਿਉਂ ਨਹੀਂ ਚੜ੍ਹਨ ਦਿੰਦਾ, ਅਸੀਂ ਚੜ੍ਹਾਂਗੇ ਵੀ ਅਸੀਂ ਬਾਟ ਦੂਰ ਦੀ ਜਾਣਾਗਾ ਜੀ। ਉਹਨੇ ਮੈਨੂੰ ਕੀ ਕਹਿੰਦੇ ਹੁੰਦੇ ਜੀ, ਜਦੋਂ ਮੈਂ ਇਸ ਤਰ੍ਹਾਂ ਕਿਹਾ ਵੀ ਮੈਂ ਚੜ੍ਹੂੰਗੀ, ਮੈਨੂੰ ਉਸਨੇ ਧੱਕਾ ਮਾਰਿਆ। ਉਸ ਤੋਂ ਬਾਅਦ ਇਹਨਾਂ ਦੇ ਘਰਦਿਆਂ ਦੇ ਵੀ ਧੱਕੇ ਮਾਰੇ, ਫਿਰ ਸਾਡੇ ਰਾੜਾ ਕੱਢ ਲੀਆਂ ਜੀ, ਰਾੜਾ ਵੀ ਮਾਰੀਆਂ ਉਹਨੇ ਤੇ ਮੈਨੂੰ ਬੱਸ ਨਾਲ ਧੱਕੇ ਵੀ ਮਾਰੇ। ਉੱਥੇ ਜਾ ਕੇ ਕੈਮਰਾ ਵੀ ਚੈੱਕ ਕੀਤਾ ਜਾਵੇ ਜੀ, ਉੱਥੇ ਠੇਕੇ ਦੇ ਸਾਹਮਣੇ ਜੀ, ਬਿਲਕੁਲ ਠੇਕੇ ਦੇ ਸਾਹਮਣੇ ਸਾਡੀ ਕੁੱਟਮਾਰ ਕੀਤੀ ਗਈ ਹੈ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜੀ। ਜੇ ਲੇਡੀਆਂ ਨੂੰ ਐਂ ਕੁੱਟਣਗੇ, ਸਰਕਾਰੀ ਬੱਸ ਹੈ ਜੀ, ਸਰਕਾਰ ਨੇ ਇੱਕ ਫੈਸਲਾ ਦਿੱਤਾ ਵੀ ਅਸੀਂ ਟਿਕਟ ਨਹੀਂ ਕਟਾਉਂਦੇ, ਅਸੀਂ ਕਿਹੜਾ ਜ਼ਬਰਦਸਤੀ ਕਰ ਰਹੇ ਸੀਗੇ ਜੀ ਵੀ ਅਸੀਂ ਟਿਕਟ ਨਹੀਂ ਕਟਾਉਣੀ। ਜੇ ਉਹ ਟਿਕਟ ਕੱਟਣੀ ਚਾਹੁੰਦਾ ਸੀ ਸਾਡੀ ਟਿਕਟ ਕੱਟਦਾ, ਸਾਡੀ ਕੁੱਟਮਾਰ ਨਹੀਂ ਕਰਨੀ ਸੀ। ਮੈਨੂੰ ਬਹੁਤ ਬੁਰੀ ਤਰ੍ਹਾਂ ਬੱਸ ਦੇ ਨਾਲ ਧੱਕੇ ਮਾਰੇ, ਰਾੜਾ ਵੀ ਮਾਰੀਆਂ ਮੇਰੇ ਜੀ। ਉਹ ਬਹੁਤ ਹਕਾਰਿਆ ਹੋਇਆ ਹੈਗਾ ਕਨੈਕਟਰ ਹੈਗਾ, ਉਹਦੇ ਬੰਦ ਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਜੀ, ਮੇਰੇ ਸੱਟਾਂ ਮਾਰ ਗਿਆ ਜੀ ਉਹਨੇ। ਬਸ ਮੈਂ ਇਹੀ ਕਹਿਣਾ ਚਾਹੂੰਗੀ ਜੀ, ਠੇਕੇ ਦੇ ਮੂਹਰੇ ਕੈਮਰਾ ਚੈੱਕ ਕੀਤਾ ਜਾਵੇ ਜੀ, ਜੇ ਨਹੀਂ ਅਸੀਂ ਕੁਛ ਵੀ ਕਾਰਵਾਈ, ਜੇ ਨਾ ਉਹਨਾਂ ਦਾ ਕੋਈ ਹਿੱਸਾ ਬਣਿਆ ਜੀ, ਨਾ ਅਸੀਂ ਉਹਦੇ 'ਤੇ ਕੁਛ ਵੀ ਨਹੀਂ ਕੀਤਾ ਜੀ।
ਉਹਨਾਂ ਨੇ ਤਿੰਨ ਚਾਰ ਜਣੇ ਆਏ ਇਕੱਠੇ ਹੋ ਕੇ, ਕੋਈ ਇੱਕ ਹੋਰ ਮੁੰਦਰੀ ਵਾਲਾ ਬੰਦਾ ਸੀਗਾ, ਉਹਨੇ ਵੀ ਮੇਰੇ ਥੱਪੜ ਮਾਰਨ ਨਾਲ, ਇਹਨਾਂ ਦੇ ਘਰਦਿਆਂ ਦੇ ਮੋਟਰਸਾਈਕਲ ਤੋਂ ਵੀ ਇਹਨਾਂ ਨੇ ਮੋਟਰਸਾਈਕਲ ਖੜੇ, ਉਹਨਾਂ ਤੇ ਵੀ ਧੱਕੇ ਮਾਰੇ। ਜਿੰਨੇ ਹੀ ਯਕੀਨ ਆਉਂਦਾ ਧੱਕੇ ਮੇਰੇ ਸਿੱਖ ਕੀਤੇ ਜਾਣ, ਸਾਡੀਆਂ ਸੱਟਾਂ ਦੇਖੀਆਂ ਜਾਣ, ਜੇ ਕੋਈ ਉਹਦੇ ਸੱਟ ਲੱਗੀ ਆ ਤਾਂ ਸਾਨੂੰ ਉਹ ਵੀ ਦਿਖਾਈ ਜਾਵੇ ਜੀ। ਬਲਜਿੰਦਰ ਕੌਰ ਵਾਈਫ ਆਫ ਦੇਸਰਾਜ ਪੇਸ਼ੈਂਟ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਆਇਆ, ਜਿਸਨੇ ਦੱਸਿਆ ਕਿ ਉਸਦਾ ਕਿਸੇ ਨਾਲ ਝਗੜਾ ਹੋ ਗਿਆ ਸੀਗਾ ਤੇ ਕੁਝ ਸੱਟਾਂ ਨੂੰ ਵਜੀਆਂ, ਜਿਸਦਾ ਸੱਟਾਂ ਨੂੰ ਪਰਚਾ ਕਰਨ ਤੋਂ ਬਾਅਦ ਉਹਦਾ ਸੱਟਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਬਾਕੀ ਜੋ ਵੀ ਕਾਰਵਾਈ, ਕਾਨੂੰਨੀ ਕਾਰਵਾਈ ਜੋ ਵੀ ਬਣਦੀ ਹੈ ਉਹ ਕੀਤੀ ਜਾਵੇਗੀ। ਤੇ ਅਸੀਂ ਜਾ ਰਹੇ ਸੀਗੇ ਚੰਡੀਗੜ੍ਹ, ਬਟ ਇੱਥੋਂ ਬਠਿੰਡੇ ਚੜ੍ਹਨ ਵਾਸਤੇ ਜਦੋਂ ਬਾਈਪਾਸ ਤੇ ਆਏ ਤੇ ਬੱਸ ਵੀ ਚੜ੍ਹਨ ਲੱਗੇ ਤੇ ਕੰਡਕਟਰ ਕਹਿੰਦਾ ਜੀ ਮੈਂ ਨਹੀਂ ਚੜ੍ਹਨ ਦੇਣਾ। ਮੈਂ ਕਿਹਾ ਕੀ ਗੱਲ ਭਾਈ, ਕਿਉਂ ਨਹੀਂ ਚੜ੍ਹਨ ਦਿੰਦਾ? ਕਹਿੰਦਾ ਤੁਹਾਡੇ ਕੋਲ ਕੈਂਪਰ ਹੈਗਾ ਤੇ ਆ ਸਮਾਨ ਹੈਗਾ ਵੀ। ਸਮਾਨ ਤਾਂ ਦੇਖੋ ਇੱਕ ਬੈਗ ਸੀਗਾ, ਕੈਂਪਰ ਸੀਗਾ ਵੀ ਕੈਂਪਰ। ਮੈਂ ਕਿਹਾ ਨਵਾਂ ਕੈਂਪਰ ਹੈ, ਲੀਕੇਜ ਨਹੀਂ ਕਰਦਾ। ਕਹਿੰਦਾ ਮੈਂ ਨਹੀਂ ਰੱਖਣ ਦੇਣਾ। ਮੈਂ ਕਿਹਾ ਗੱਲ ਕੀ ਹੈ? ਕਹਿੰਦਾ ਭੀੜ ਬਹੁਤ ਜ਼ਿਆਦਾ ਹੈ। ਮੈਂ ਕਿਹਾ ਇੰਨੀ ਤਾਂ ਖੜਨ ਵਾਸਤੇ ਸਾਡੇ ਜੋਗੀ ਤਾਂ ਜਗ੍ਹਾ ਹੈਗੀ, ਅਸੀਂ ਖੜ ਜਾਂਗੇ। ਕਹਿੰਦਾ ਮੈਂ ਨਹੀਂ ਜਾਣਾ, ਮੈਂ ਨਹੀਂ ਲੈ ਕੇ ਜਾਣਾ, ਤੁਸੀਂ ਥੱਲੇ ਉਤਰੋ। ਬਈ ਸੀਟ ਥੱਲੇ ਆਜੂਗੀ, ਨਹੀਂ ਮੈਂ ਨਹੀਂ ਲੈ ਕੇ ਜਾਣ ਦੇਣਾ। ਬਈ ਤੇਰੀ ਕਿਹੜਾ ਘਰ ਦੀ, ਆਪਣੇ ਸਰਕਾਰੀ ਬੱਸ ਹੈਗੀ ਭਾਈ, ਤੂੰ ਸਰਕਾਰੀ ਮੁਲਾਜ਼ਮ ਜਾਣ ਦੇ ਤੂੰ। ਨਹੀਂ ਅਸੀਂ ਚਲੋ ਜੀ ਉੱਥੋਂ ਚੱਕ ਕੇ ਉਹਦਾ ਸਮਾਨ ਮੈਂ ਪਾਸੇ ਰੱਖਣ ਲੱਗਿਆ, ਉਹ ਰਾੜ ਕੱਢ ਲਿਆ ਤੇ ਘਰਦਿਆਂ ਦੇ ਉਹਨੇ ਮਾਰਿਆ ਜੀ। ਆ ਦੇਖੋ ਕਿਵੇਂ ਬੁੱਲ ਬੁੱਲ ਤੇ ਮਾਰਿਆ ਰਾਣਾ, ਦੋ ਤਿੰਨ ਮੇਰੇ ਮਾਰਨ ਲੱਗਿਆ, ਮੇਰਾ ਬਚਾਅ ਹੋ ਗਿਆ, ਇਹਨਾਂ ਦੇ ਸੱਟਾਂ ਵੱਜੀਆਂ ਜੀ। ਤੇ ਇਸ ਤੋਂ ਇਸ ਜਿਹੜੀ ਗੁੰਡਾਗਰਦੀ ਕਰ ਰਿਹਾ, ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਦੂਜੇ ਲੋਕਾਂ ਨੂੰ ਸਬਕ ਮਿਲਣ।